ਬਿਲਕੁਲ ਇਹ ਤਾਂ ਮਤਲਬ ਉਹਦਾ ਸ਼ੁਰੂ ਤੋਂ ਹੀ ਜਦੋਂ ਦਾ ਉਹ ਇਸ ਗਾਇਕੀ ਦੇ ਫੀਲਡ ਦੇ ਵਿੱਚ ਆਇਆ ਹੈ ਇਹ ਰਿਕਾਰਡ ਤਾਂ ਉਹਨੇ ਮੇਨਟੇਨ ਹੀ ਕੀਤਾ ਹਮੇਸ਼ਾ, ਪਰੰਤੂ ਉਹਦੇ ਜਾਣ ਤੋਂ ਬਾਅਦ ਜਿਹੜਾ ਹੁੰਗਾਰਾ ਹੋਰ ਵੀ ਬਹੁਤ ਜ਼ਿਆਦਾ ਮਿਲਿਆ ਹੈ। ਇਸ ਚੀਜ਼ ਤੋਂ ਇਹ ਗੱਲ ਕਲੀਅਰ ਹੁੰਦੀ ਹੈ ਵੀ ਲੋਕਾਂ ਦੇ ਮਨ ਦੇ ਵਿੱਚ ਸਿੱਧੂ ਹਾਲੇ ਤੱਕ ਵੀ ਨਿਕਲਿਆ ਨਹੀਂ ਹੈ, ਸਗੋਂ ਉਹਦੇ ਕਤਲ ਨੂੰ ਲੈ ਕੇ ਲੋਕਾਂ ਦੇ ਮਨ ਦੇ ਵਿੱਚ ਗੁੱਸਾ ਹੈ ਜਿਹੜਾ ਨਾ ਉਹ ਸਪਸ਼ਟ ਰੂਪ ਦੇ ਵਿੱਚ ਰੱਖ ਰਿਹਾ। ਦੇਖੋ ਤੁਸੀਂ ਉਹਦੇ ਪਿੱਛੇ ਕਮੈਂਟਾਂ ਦੇ ਵਿੱਚ ਵੀ ਲੋਕ ਜਸਟਿਸ ਫਾਰ ਸਿੱਧੂ ਮੂਸੇਵਾਲਾ ਲਿਖ ਰਹੇ ਨੇ ਕਿੰਨਾ ਲੋਕ, ਔਰ ਲੋਕ ਮਤਲਬ ਆਪਣੀ ਹਾਜ਼ਰੀ ਦਰਜ ਕਰਵਾ ਰਹੇ ਇਸ ਗੱਲ ਦੇ ਉੱਤੋਂ ਵੀ ਅਸੀਂ ਭੁੱਲੇ ਨਹੀਂ ਹਲੇ ਸਿੱਧੂ ਨੂੰ ਤੇ ਤੁਸੀਂ ਜਸਟਿਸ ਦੀ ਗੱਲ ਸਹੀ ਰਾਹ ਤੇ ਆ ਕੇ ਕਰੋ। ਕੀ ਭਵਿੱਖ ਚ ਗੀਤ ਇਸੇ ਤਰ੍ਹਾਂ ਆਉਂਦੇ ਰਹਿਣਗੇ ਜੀ ਕਿੰਨੇ ਸਾਲਾਂ ਤੱਕ? ਬੇਟਾ ਆਪਣੇ ਕੋਲ ਕਾਫੀ ਮੈਟਰ ਪਿਆ ਉਹਦਾ ਹਲੇ, ਇਹ ਤਾਂ ਉਹਦਾ ਬਰਨਾ ਬੋਏ ਦੇ ਨਾਲ ਸੀਗਾ ਪ੍ਰੋਜੈਕਟ, ਪਰ ਆਪਣੇ ਕੋਲ ਵੈਸੇ ਵੀ ਉਹਦੇ ਰਿਕਾਰਡਿੰਗਾਂ ਕਾਫੀ ਪਈਆਂ ਨੇ ਤੇ ਆਪਾਂ ਥੋੜੇ ਥੋੜੇ ਗੈਪ ਦੇ ਨਾਲ ਛੱਡਦੇ ਰਵਾਂਗੇ। ਗਾ ਇੱਕ ਜਾਂਦੀ ਵਾਰੀ ਗੀਤ ਸੀ ਜਿਹੜਾ ਮਰਚੈਂਟ ਨਾਲ, ਉਹਦਾ ਕੇਸ ਵੀ ਚੱਲਦਾ ਸੀਗਾ ਜੀ? ਉਹ ਹਲੇ ਕੋਰਟ ਦੇ ਪ੍ਰੋਸੈਸ ਦੇ ਵਿੱਚ ਹੈਗੀ ਹੈ ਗੱਲ ਉਹ, ਪਰ ਉਹ ਵੀ ਗੀਤ ਆਪਣਾ ਆਪਾਂ ਨੂੰ ਮਿਲ ਜਾਣਾ ਉਹ। ਹਾਂਜੀ, ਸਿੱਧੂ ਦੇ ਪ੍ਰਸ਼ੰਸਕਾਂ ਨੂੰ ਕੀ ਕਹਿਣਾ ਚਾਹੋਗੇ ਜਾਂ ਸਰਕਾਰ ਨੂੰ ਕੀ ਕਹਿਣਾ ਚਾਹੋਗੇ? ਮੈਂ ਪ੍ਰਸ਼ੰਸਕਾਂ ਦਾ ਤਾਂ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ, ਕਿਉਂਕਿ ਜਿਸ ਦਿਨ ਦਾ ਸਿੱਧੂ ਦੀ ਮੌਤ ਹੋਈ ਹੈ ਉਸ ਦਿਨ ਤੋਂ ਨਾਲ ਇੱਕ ਪ੍ਰਸ਼ੰਸਕ ਹੀ ਨੇ ਜਿਹੜੇ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਔਰ ਮੈਨੂੰ ਹਰ ਕਿਸਮ ਦਾ ਹੌਸਲਾ ਦਿੰਦੇ ਵੀ ਬਾਪੂ ਡੋਲੀ ਨੇ ਤੇਰੇ ਨਾਲ ਆ ਸਾਰਾ। ਸਰਕਾਰਾਂ ਦਾ ਰਵੱਈਆ ਤਾਂ ਸ਼ੁਰੂ ਤੋਂ ਦੇਖੋ ਨਿਰਾਸ਼ਾਜਨਕ ਹੀ ਹੈ, ਔਰ ਪਹਿਲੇ ਦਿਨ ਤੋਂ ਜਦੋਂ ਤੋਂ ਮੈਂ ਰੌਲਾ ਪਾਉਣ ਲੱਗਿਆ ਇਹਨਾਂ ਦੀ ਇੱਕੋ ਹੀ ਗੱਲ ਹੈ, ਸ਼ੂਟਰ ਪਕੜ ਲਿਆ, ਸ਼ੂਟਰ ਫੜ ਲਿਆ, ਬੱਤੀ ਫੜ ਲਿਆ, 33 ਫੜ ਲਿਆ। ਮੈਂ ਕਹਿੰਦਾ ਵੀ ਇਕੱਲੇ ਸ਼ੂਟਰ ਦੋਸ਼ੀ ਨਹੀਂ ਹੈ, ਤੁਸੀਂ ਮਾਸਕ ਮਾਈਂਡ ਵਾਲੇ ਪਾਸੇ ਵੀ ਆ ਜਾਓ ਜੇ ਕੰਪਲੀਟ ਇਨਸਾਫ ਕਰਨਾ ਚਾਹੁੰਦੇ ਹੋ ਤਾਂ, ਪਰ ਸਰਕਾਰ ਦੇ ਕਰਨ ਤੇ ਜੋ ਨਹੀਂ ਸਰਕ ਰਹੀ ਉਸ ਦੇ ਇਲਾਵਾ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੇਖਿਆ ਹੋਣਾ ਹੈ ਲਾਰੈਂਸ ਦੀ ਵੀਡੀਓ ਬਣਾ ਕੇ, ਜੋ ਮੇਰਾ ਮੰਨਣਾ ਹੈ ਵੀ ਪੱਕਾ ਉਹ ਬਠਿੰਡਾ ਜੇਲ੍ਹ 'ਚ ਬਣੀ ਹੈ, ਤਾਂ ਉਹਨੇ ਜੇਲ੍ਹ ਦੀਆਂ ਤਾਕੀਆਂ ਤੱਕ ਵੀ ਦਿਖਾ ਦਿੱਤੀਆਂ। DGP ਸਾਹਿਬ ਦੇ ਬਿਆਨ ਨੂੰ ਵੀ ਚੁਟਲਾ ਤਾ ਉਹਨੇ ਅਗਲੇ ਦਿਨ, ਤੁਸੀਂ ਗੈਂਗਸਟਰ ਦੀ ਹਿੰਮਤ ਦੇਖੋ ਕਿੰਨੀ ਹੈ, ਔਰ ਉਹ ਨੈਸ਼ਨਲ ਚੈਨਲਾਂ ਦੇ ਉੱਤੇ ਇੱਕ ਹੀਰੋ ਬਣਾ ਕੇ, ਤਾਂ ਮੈਨੂੰ ਸਮਝ ਨਹੀਂ ਆਉਂਦੀ ਇਸ ਗੱਲ ਦੀ ਜੇ ਬਦਮਾਸ਼ ਇੰਨੀ ਲੋਕਪ੍ਰਿਯਤਾ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਮੇਰੇ ਬੱਚੇ ਕਿੱਧਰ ਚਲੇ ਗਏ ਜੋ 2 ਕਰੋੜ ਰੁਪਇਆ ਟੈਕਸ ਦੇ ਕੇ ਸਰਕਾਰ ਨੂੰ ਔਰ ਆਪਣੀ ਪੱਗ ਦੀ ਗੱਲ ਬੋਲੀ ਦੀ ਗੱਲ ਕਰਨ ਵਾਲੇ ਰਾਸ਼ਟਰਵਾਦੀ ਸੀ ਉਹ ਭੜਕੇ ਹੋਏ ਰਾਸ਼ਟਰਵਾਦੀ ਤੋਂ ਕਿਤੇ ਘੱਟ ਦਿਖਾਈ ਦੇ ਰਹੇ ਨੇ ਇਸ ਸਮੇਂ।